ਦਰਵਾਰ ਉਪਦੇਸ਼ ਪੇਸ਼ ਕਰਦੇ ਨੇ ਆਓ ਪਿਆਰ ਦੇ ਨਾਲ ਆਪਣੇ ਚਰਨ ਧੋੜ ਕਵੀਸ਼ਰੀ ਜਥੇ ਨੂੰ ਅਸੀਸ ਬਖਸ਼ੋ ਪ੍ਰੇਮ ਪਿਆਰ ਦੇ ਨਾਲ ਗੁਰੂ ਫਤੇ ਦੀ ਸਾਂਝ ਪਾਓ ਪਾਵਨ ਧਰਤੇ ਨੂੰ ਨਤਮਸਤਕ ਹੋइए ਤੇ ਪ੍ਰੇਮ ਸਹਿਤ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਹਿਲਾਂ ਆਪ ਗੁਰਸੰਗਤਾਂ ਭਾਈ ਪ੍ਰਕਾਸ਼ ਸਿੰਘ ਤੇ ਭਾਈ ਜਗਦੀਪ ਸਿੰਘ ਤੋਂ ਇੱਕ ਇੱਕ ਸ਼ਬਦ ਸੁਣੋ ਫਿਰ ਆਪਾਂ ਅੱਗੇ ਦੋ ਤਿੰਨ ਕਪਤਾਮਾ ਪ੍ਰਸੰਗ ਦੇ ਵਿੱਚੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਉਸਤਤ ਸਰਵਣ ਕਰਾਂਗੇ ਆਓ ਪਿਆਰ ਦੇ ਨਾਲ ਪਹਿਲਾਂ ਸ਼ਬਦ ਸੁਣੋ ਆਓ ਜੀ ਆਹ जीम जैस बेड़े, थोड़े होन थो मैं थोड़ा गुरू जी बसल दार मंगा ओ ना मैं शान चवंदा न माण चाहना ਨਾ ਮੈਂ ਸਵਰਗ ਤੇ ਮੁਕਤ ਦੁਆਰ ਮੰਗਾ ਤੇਰੇ ਬਚਨ ਦਾ ਰਹੇ ਸਤਕਾਰ ਬਣਿਆ ਓ ਤੇਥੋਂ ਹੋਰ ਨਾ ਕੋ ਜਦ ਤਾਰ ਮੰਗਾ ਖੁਸ਼ ਹੋ ਕੇ ਬਖਸ਼ ਦਰਬਾਰ ਸਿੰਘਾ ਮੈਂ ਤੁਹਾਡੇ ਚਰਨ ਕਮਲਾਂ ਦਾ ਪਿਆਰ ਮੰਗਾ ਮੈਂ ਤੁਹਾਡੇ ਚਰਨ ਕਮਲਾਂ ਦਾ ਪਿਆਰ ਮੰਗਾ ਏ ਜਗਤ ਜਲੰਦਾ ਤਾਰਨੇ ਨੂੰ ਗੁਰੂ ਨਾਨਕ ਹੋ ਫਕੀਰ ਚੱਲੇ ਮਾਨ ਰਿਸ਼ੀਆਂ ਵਿੱਚੋਂ ਦੇਣ ਪੀਲਣੀ ਨੂੰ ਪੰਪਾ ਸਰਨੋਂ ਜਿਵੇਂ ਰਗਵੀਰ ਚੱਲੇ ਦੇ ਲੰਬੇ ਬੇ ਬੋਕਰਾਂ ਕੇ ਕੌਰਾਂ ਦੇ ਕੁੱਲੀ ਬਦਰਦੀ ਗਹਿਰ ਗੰਭੀਰ ਚੱਲੇ ਲਾਉਣ ਲਾਲੋ ਨੂੰ ਕੰਠ ਦਰਬਾਰ ਸਿੰਘਾਂ ਪਾਗੋ ਜਹਾਂ ਦੀ ਖੋਣ ਜਮੀਰ ਚੱਲੇ ਪਾਗੋ ਜਹਾਂ ਦੀ ਖੋਣ ਜਮੀਰ ਚੱਲੇ ਆਪਾਂ ਜੋ ਅੱਜ ਪ੍ਰਸੰਗ ਸਾਂਝਾ ਕਰਨਾ ਇਨ੍ਹਾਂ ਸ਼ਬਦਾਂ ਤੇ ਹੈ ਵੀ ਲਾਣ ਲਾਲੋ ਨੂੰ ਕੰਠ ਤਰਬਾਰ ਸਿੰਘਾ ਭਾਗੋ ਜਿਹਾਂ ਦੀ ਖੋਣ ਜਮੀਰ ਚੱਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤਾਂ ਵਰਸਾ ਰਹੇ ਨੇ ਸਤ ਗੁਰਾਂ ਦੇ ਚਰਨਾਂ ਦਾ ਸੇਵਕ ਭਾਈ ਲਾਲੋ ਉਹ ਰਹਿੰਦਾ ਕਿੱਥੇ ਸੀ ਏਮਨਾਬਾਦ ਦੀ ਧਰਤੀ ਤੇ ਦਸਾਂ ਨੋਹਾਂ ਦੀ ਕਿਰਤ ਕਰਦਾ ਨਾਮ ਜਪਦਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਰ ਵਕਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦਾ ਆਵਾਜ਼ ਉਹਦੇ ਹਿਰਦੇ ਚੋਂ ਆਉਂਦਾ ਹੱਥ ਕਾਰ ਵੱਲੇ ਦਿਲ ਕਰਤਾਰ ਵੱਲੇ ਭਾਈ ਲਾਲੋ ਦੀ ਇਹ ਅਵਸਥਾ ਬਣਗੀ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਬਚਨ ਆਉਂਦੇ ਆ ਕਹਿੰਦੇ ਹਰ ਜਪਦਿਆਂ ਖਿੰ ਢਿਲ ਨਾ ਕੀਜੈ ਮੇਰੀ ਜਿੰਦੜੀਏ ਮਤਕੇ ਜਾਪੇ ਸਹ ਆਵੇ ਕੇ ਨਾ ਆਵੇ ਰਾਮ ਜੇ ਛੋਟਾ ਬੱਚਾ ਉਹਨੂੰ ਨਾਮ ਜਪਣ ਦੀ ਲਗਨ ਬਚਪਨ ਤੋਂ ਲੱਗ ਜਾਏ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਕਈ ਵਾਰ ਇਹ ਹੁੰਦਾ ਅਜੇ ਛੋਟਾ ਸਾਰੀ ਉਮਰ ਪਈ ਹੈ ਫੇਰ ਜਪ ਲੂ ਬੰਦਾ ਜਵਾਨੀ ਚਾਹੁੰਦਾ ਫੇਰ ਬੰਦਾ ਕਹਿੰਦਾ ਅਜੇ ਬਹੁਤ ਉਮਰ ਪਈ ਹੈ ਫੇਰ ਜਪਾਂਗੇ ਉਮਰ ਹੋਰ ਬਾਦੀ ਫੇਰ ਆਵਾਜ਼ ਆਉਂਦਾ ਅਜੇ ਸਮਾਪਿਆ ਫੇਰ ਜਪਾਂਗੇ ਪਰ ਗੁਰਮੁਖੋ ਕੀ ਗੁਰੂ ਸਾਹਿਬ ਕਹਿੰਦੇ ਤੈਨੂੰ ਪਤਾ ਹੈ ਵੀ ਤੇਰੀ ਜ਼ਿੰਦਗੀ ਕਿੰਨਾ ਚਿਰ ਹੈ ਤੇਰੇ ਜਿਹੜੇ ਸੁਵਾਸ ਚਲਦੇ ਨੇ ਜਿਹੜਾ ਸੁਵਾਸ ਬਾਹਰ ਆਇਆ ਉਹਨੇ ਅੰਦਰ ਜਾਣਾ ਕਿ ਨਹੀਂ ਜਾਣਾ ਜਿਹੜਾ ਅੰਦਰ ਸੁਵਾਸ ਗਿਆ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ ਇਸ ਲਈ ਗੁਰੂ ਸਾਹਿਬ ਕਹਿੰਦੇ ਹਰ ਜਪਦਿਆਂ ਖੈਨ ਲੈ ਨਾ ਕੀ ਜੈ ਮੇਰੀ ਜਿੰਦੜੀਏ ਮੱਤ ਕੇ ਜਾਪੈ ਸੋ ਆਵੇ ਕੇ ਨਾਮ ਬੈ ਰਾਮ ਉਹ ਕਹਿੰਦੇ ਤੂੰ ਦਿਨ ਮਹੀਨੇ ਸਾਲਾਂ ਤੱਕ ਸੋਚਦੇ ਖਿੰਨ ਐਨਾ ਸਮਾਂ ਵੀ ਢਿਲਣਾ ਕਰ ਜਦ ਸਮਾਂ ਮਿਲੇ ਨਾਮ ਜਪ ਭਾਈ ਲਾਲੋ ਦੀ ਇਹ ਅਵਸਥਾ ਕੰਮ ਕਾਰ ਕਰਦਿਆਂ ਵੀ ਨਾਮ ਜਪਦਾ ਰਹੇ ਤਨ ਗੁਰ ਨਾਨਕ ਪਾਤਸ਼ਾਹ ਨੂੰ ਖਿੱਚ ਪਈ ਕਿਉਂਕਿ ਜਿੰਨੀ ਖਿੱਚ ਭਗਤ ਨੂੰ ਹੁੰਦੀ ਹੈ ਨਾ ਗੁਰੂ ਦੇ ਦਰਸ਼ਨ ਦੀ ਉਦੋਂ ਜ਼ਿਆਦਾ ਖਿੱਚ ਗੁਰੂ ਨੂੰ ਹੁੰਦੀ ਹੈ ਮੈਂ ਭਗਤ ਨੂੰ ਜਾ ਕੇ ਦਰਸ਼ਨ ਦੇਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਹਿੰਦੇ ਸਭ ਕੋ ਤੇਰੇ ਵੱਸ ਅਗੰਮ ਅਗੋਚਰਾ ਤੂੰ ਭਗਤਾਂ ਕਹਿ ਵੱਸ ਭਗਤਾਂ ਤਾਂ ਤੇਰਾ ਸਾਰੀ ਦੁਨੀਆ ਤੇਰੇ ਵੱਸ ਹੈ ਤੂੰ ਕਿੰਨਾਂ ਦੇ ਵਾਸੇ ਤੂੰ ਭਗਤਾਂ ਦੇ ਵਾਸੇ ਤਨ ਗੁਰੂ ਨਾਨਕ ਪਾਤਸ਼ਾਹ ਪ੍ਰੇਮ ਦੇ ਖਿੱਚੇ ਸਤ ਕਰਤਾਰ ਦਾ ਦਿੱਤਾ ਆਵਾਜ਼ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਪਹੁੰਚ ਗਏ ਕਿੱਥੇ ਐਮਨਾਬਾਦ ਦੀ ਧਰਤੀ ਤੇ ਜਦ ਉੱਥੇ ਜਾ ਕੇ ਭਾਈ ਲਾਲੋ ਦੇ ਗੇਟ ਮੋਹਰੇ ਆਵਾਜ਼ ਦਿੱਤਾ ਨਾ ਸਤ ਕਰਤਾ ਭਾਈ ਲਾਲੋ ਨੂੰ ਆਵਾਜ਼ ਸੁਣਿਆ ਬੜਾ ਪਿਆਰਾ ਲੱਗਿਆ ਦੌੜਿਆ ਭੱਜਿਆ ਆਇਆ ਪਿਆਸਾ ਸੀ ਦਰਸ਼ਨਾਂ ਦਾ ਗੁਰਮੁਖੋ ਜਾਇਦਾਇ ਨਾ ਭਾਈ ਲਾਲੋ ਸਾਹਮਣੇ ਸਤਿਗੁਰਾਂ ਦੇ ਬਸ ਚਰਨਾਂ ਤੇ ਮਸਤਕ ਰੱਖਤਾ ਅਚਾਨਕ ਜੋ ਦਰਸ਼ਨ ਹੋ ਕੇ ਖੁਸ਼ੀ ਮਿਲ ਗਈ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਧੋਤੇ ਬਰਾਕ ਦੇ ਅੰਸੂਆਂ ਨਾਲ ਸਤ ਗੁਰੂ ਨੇ ਭਾਈ ਲਾਲੋ ਨੂੰ ਇਹ ਬਾਜੂਆਂ ਤੋਂ ਪਕੜਿਆ ਉਠਾਇਆ ਹਿੜਦੇ ਨਾ ਲਾਇਆ ਸਤ ਗੁਰੂ ਕਹਿਣ ਲੱਗੇ ਤੈਨਰੇ ਜਨਮ ਜੰਜਾਲ ਜਿਹੜੇ ਭਾਈ ਲਾਲੋ ਕੱਟ ਤੇ ਤੈਨੂੰ ਬਖਸ਼ੀ ਮੁਕਤੀ ਬਸ ਗੁਰਪੁਰੀ ਜਾ ਬਸੀ ਦਰਬਾਰ ਸਿੰਘਾ ਜਿੱਥੇ ਹੋਮ ਦੇ ਨਦਰ ਨਿਹਾਲ ਲਾਲੋ ਜਨਮਾਂ ਜਨਮਾਂ ਤੋਂ ਸਾਡਾ ਸਿੱਖ ਸੇਵਕ ਹੈ ਚਿੰਤਾ ਨਾ ਕਰ ਚੈਨ ਸ਼ਾ ਭਾਈ ਲਾਲੋ ਦੇ ਘਰ ਜਾ ਬਰਾਜ ਇੱਥੇ ਪਹਿਲੀ ਕਵਿਤਾ ਸੁਣੋ ਬੜੇ ਪਿਆਰ ਦੇ ਜਿਵੇਂ ਪਹਿਲਾਂ ਭਾਈ ਜਗਦੀਪ ਸਿੰਘ ਨੇ ਸ਼ਬਦ ਬੋਲਿਆ ਸੀ ਨਾ ਬਿਦਿਲੋਂ ਮੇਵੇ ਠੁਕਰਾ ਕੇ ਕੌਰਮਾਨ ਦੇ ਕੁੱਲੀ ਬੇਦਰ ਦੀ ਗਹਿਰ ਗੰਭੀਰ ਚੱਲੇ ਜਿਵੇਂ ਨਾ ਕ੍ਰਿਸ਼ਨ ਭਗਵਾਨ ਚੱਲੇ ਸੀ ਬੇਦਰ ਤੇ ਕਰ ਦਰਯੋਧਨ ਨੇ ਕਿਹਾ ਸੀ ਨਾ 36 ਪਦਾਰਥ ਛਕੋ ਕ੍ਰਿਸ਼ਨ ਜੀ ਨੇ ਕਹਿਤਾ ਸੀ ਤੁਮਰੋ ਦੁੱਧ ਬੇਦਰ ਕੋ ਪਾਨੋ ਆ ਅਮਰਤ ਕਰਮੈ ਮੰਨਿਆ ਕਹਿੰਦੇ ਬੇਦਰ ਦਾ ਤਾਂ ਪਾਣੀ ਉਹਦੇ ਵਿੱਚ ਵੀ ਰਸ ਹੈ ਕੋ ਕੁਛ ਪ੍ਰੇਮ ਹੈ ਤੇਰੇ ਜਿਹੜੇ 36 ਪਦਾਰਥ ਹੈ ਦੁੱਧ ਦਹੀਂ ਇਹ ਪਾਉਂਦੇ ਨਹੀਂ ਸਾਡੇ ਮਨ ਵਿੱਚ ਹੰਕਾਰ ਗੁਰਮੁਖੋ ਗੁਰੂ ਨੂੰ ਚਾਹੀਦਾ ਪ੍ਰੇਮ ਗੋਬਿੰਦ ਭਾਉ ਭਗਤ ਕਾ ਭੁੱਖਾ ਜਦ ਸਤਗੁਰਾਂ ਨੇ ਜਾਸਨ ਲਾਏ ਭਾਈ ਲਾਲੋ ਕੋਧਰੇ ਦਾ ਪ੍ਰਸ਼ਾਦਾ ਉਹਨੇ ਲਿਆ ਸ ਜਾ ਕੇ ਸਤਗੁਰਾਂ ਦੇ ਅੱਗੇ ਰੱਖਿਆ ਭਾਈ ਮਰਦਾਨੇ ਨੇ ਜਦ ਕੋਧਰੇ ਦਾ ਪ੍ਰਸ਼ਾਦਾ ਦੇਖਿਆ ਮਾਨ ਵਿੱਚ ਤਰ੍ਹਾਂ ਤਰ੍ਹਾਂ ਦੇ ਜੋ ਖਿਆਲ ਆਉਂਦੇ ਆ ਉਹ ਕਹਿੰਦਾ ਬੰਨ ਚ ਸੋਚਦਾ ਕਮਾਲ ਹੋਗੀ ਇਹ ਕੋਈ ਅਜ ਤੋ ਨਹੀਂ ਯੁਗਾ ਚ ਗੰਤਰਾਂ ਤੋਂ ਤੇਰਾ ਸੁਭਾਅ ਹੈ ਗਰੀਬਾਂ ਨੂੰ ਕੰਠ ਲਾਉਣੇ ਆਪਣੇ ਪਿਆਰਿਆਂ ਨੂੰ ਤੈਨੂੰ ਪਾਉਂਦਾ ਪ੍ਰੇਮ ਜਿਵੇਂ ਭਾਈ ਮਰਦਾਨਾ ਜੀ ਮਨ ਵਿੱਚ ਸੋਚਦੇ ਐ ਗੁਰੂ ਨਾਨਕ ਪਾਤਸ਼ਾਹ ਅੰਤਰ ਜਾਮੇ ਸਭ ਦਿਲਾਂ ਦੀਆਂ ਜਾਣਦੇ ਹੁਣ ਭਾਈ ਮਰਦਾਨੇ ਦੇ ਦਿਲ ਦੇ ਜੋ ਖਿਆਲ ਨੇ ਉਹ ਕਵਤਾ ਸੁਣੋ ਵੀ ਇਹ ਦਿਲ ਦੇ ਫਕੀਰਾਂ ਨਾਲ ਮੁੱਢ ਤੋਂ ਪ੍ਰੀਤਾ ਤੇਰੀਆਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਉਸਤਤ ਤੇ ਉਹਨਾਂ ਦੇ ਦਿਲ ਦੇ ਖਿਆਲੋਪਾ ਵਾਲੇ ਕਬਿਸ਼ਰੀ ਜੱਥੇ ਤੋਂ ਇਹ ਸੁਣੀਏ ਬੈਠਾ ਮੀਰ ਹੋਇਆ ਦਿਲ ਚ ਨਰਾਜ ਜੀ ਕੱਢ ਭੁੱਲ ਕੇ ਨ ਮੁਖ ਚੋਂ ਆਵਾਜ਼ ਜੀ ਕਹਿੰਦਾ ਹੱਥ ਬਨ ਕੇ ਤੇ ਮਹਾਰਾਜ ਜੀ ਸੁਣਵਾਰ ਜੋਈਆਂ ਮੇਰੀਆਂ ਸੱਚੇ ਪਾਤਸ਼ਾਹ ਪਾਤਸ਼ਾਹ ਇਹ ਦਿਲ ਦੇ ਫਕੀਰਾਂ ਨਾਲ ਮੋੜ ਤੋਂ ਫਰੀ ਤਾਂ ਤੇਰੀਆਂ ਗੁਰੂ ਨਾਨਕਾ ਜਿਹੜਾ ਲੱਲੋ ਦੀ ਕੁੱਲੀ ਦੇ ਵਿੱਚ ਬਸਿਆ ਕੀਤੀ ਖਬਰ ਆ ਕੀ ਇਹ ਸਦੀ ਤਪੱਸਿਆ ਜਿਹੜਾ ਫਿਰਦਾ ਇਹਨਾਂ ਦੇ ਪਿੱਛੇ ਨਸਿਆ ਨੰਗੇ ਪੈਰੀ ਪਾ ਕੇ ਫੇਰੀਆਂ ਸੱਚੇ ਪਾਤਸ਼ਾਹ ਪਾਤਸ਼ਾਹ ਇਹ ਦਿਲ ਦੇ ਫਕੀਰਾਂ ਨਾ ਮੋੜ ਤੋਂ ਪਾਰੀ ਤਾਂ ਤੇਰੀਆਂ ਗੁਰੂ ਨਾਨਕਾ ਸਾਰਾ ਕਾਫਰ ਜਹਾਨ ਜੀ ਨੂੰ ਕਹਿੰਦਾ ਜੀ ਹੋਵੇ ਸਾਰ ਨਾ ਜਿੰਨਾ ਦੀ ਕੋਈ ਲੈਂਦਾ ਜੀ ਇੱਕ ਤੁញੋ ਹੀ ਉਹਨਾਂ ਦਾ ਹੋ ਕੇ ਬੈਂਦਾ ਜੀ ਬਾਤਾਂ ਨਹੀਂ ਇਹ ਚੰਗੇਰੀਆਂ ਸੱਚੇ ਪਾਤਸ਼ਾਹ ਪਾਤਸ਼ਾਹ ਦਿਲ ਦੇ ਫਕੀਰਾਂ ਨਾਲ ਮੋਢ ਤੋਂ ਪਰੀ ਤਾਂ ਤੇਰੀਆਂ ਗੁਰੂ ਨਾਨਕਾ ਝੂਠੇ ਬੇਰ ਲੈ ਕੇ ਪੀਲਣੀ ਤੋਂ ਖਾ ਗਿਆ ਜਾਤ ਪਾਤ ਨੂੰ ਪਰੇ ਮਚਾ ਪੁਲਾ ਗਿਆ ਆਪੇ ਚੱਲ ਕੇ ਬਣਾ ਦੇ ਵਿੱਚ ਆ ਗਿਆ ਉਡੀਕਾਂ ਵੇਖ ਕੇ ਕਨੇਰੀਆਂ ਸੱਚੇ ਪਾਤਸ਼ਾਹ सचे पातशाह द मु सचे पातशाही मदद तूं पाणो दारेशा सार थी खपा सैना देश जी गीता कथा तेरी उप देशा देरिया सचे पातशाह ਪਾਤਸ਼ਾਹ ਦੈਲ ਦੇ ਫਕੀਰਾਂ ਨਾਲ ਮੋੜ ਤੋਂ ਪਰੀ ਤਾਂ ਤੇਰੀਆਂ ਗੁਰੂ ਨਾਨਕਾ ਮੇਵੇ ਦਿੱਤੇ ਦਰਯੋਧਨ ਦੇ ਤਿਆਗ ਤੂੰ ਮੇਵੇ ਦਿੱਤੇ ਦਰਯੋਧਨ ਦੇ ਤਿਆਗ ਤੂੰ ਹੋ ਕੇ ਬੇਦਰ ਦੇ ਗਏ ਓ ਬਾਗੋ ਬਾਗ ਤੂੰ ਆਪੇ ਮੰਗ ਕੇ ਅਲੂਣਾ ਖਾਦਾ ਸਾਗ ਤੂੰ ਉੱਥੇ ਨਾ ਲਗਾਈਆਂ ਦੇਰੀਆਂ ਗੁਰੂ ਨਾਨਕਾ ਸੱਚੇ ਬਾਦਸ਼ਾਹ ਦਿਲ ਦੇ ਫਕੀਰਾਂ ਨਾ ਮੁੱਢ ਤੋਂ ਪਰੀਤਾਂ ਤੇਰੀਆਂ ਸੱਚੇ ਬਾਦਸ਼ਾਹ ਉਹ ਦਿੱਤੀ ਦੇਖਣੇ ਦੀ ਜਾਂ ਤਾਂ ਮੈਨੂੰ ਅੱਖ ਨਹੀਂ ਦੇਖਣੇ ਦੀ ਜਾਂ ਤਾਂ ਮੈਨੂੰ ਅੱਖ ਨਹੀਂ ਮੈਨੂੰ ਦੱਸਦਾ ਵਿਚਾਰੇ ਕੋਲ ਕੱਖ ਨਹੀਂ ਰੱਖੀ ਸਾਗ ਦੇ ਉੱਤੇ ਨਾ ਪੂਰਾ ਮੱਖਣੀ ਹੈ ਨਹੀਂ ਮੱਝੀਆਂ ਲਵੇਰੀਆਂ ਸੱਚੇ ਬਾਦਸ਼ਾਹ ਪਾਤਸ਼ਾਹ ਦੇਲ ਦੇ ਫਕੀਰਾਂ ਨਾਲ ਮੋੜ ਤੋਂ ਪਰੀ ਤਾਂ ਤੇਰੀਆਂ ਗੁਰੂ ਨਾਨਕਾ ਉਥੋ ਡਿਮੂਰ ਨਹੀਂ ਦੇ ਲਦੀ ਲਕੂਣੀਆਂ ਤੁਨੂੰ ਲੱਗਣ ਨਾ ਪਾਵੇਂ ਗੱਲਾਂ ਸੋਹਣੀਆਂ ਖਾਦੇ ਪੀਤੇ ਤੋਂ ਬਗੈਰ ਨਹੀਂ ਹੋਣੀਆਂ ਐਵੇਂ ਬਾਤਾਂ ਇਹ ਲੰਬੇਰੀਆਂ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦੱਲ ਦੇ ਫਕੀਰਾਂ ਨਾ ਮੋੜ ਤੋਂ ਪਰੀਤਾਂ ਤੇਰੀਆਂ ਸੱਚੇ ਪਾਤਸ਼ਾਹ ਹਣ ਕੋ ਦਰੇ ਤੇ ਹੋਇਆ ਪਿਆ ਨਿਹਾਲ ਜੀ ਮੇਰਾ ਭੁੱਖ ਨੇ ਕੀਤਾ ਹੈ ਬੋਹ ਰਾਂ ਹਾਲ ਜੀ ਅੱਗੇ ਵਾਸਤ ਤੁਰੋਂ ਨਾ ਥੋਡੇ ਨਾਲ ਜੀ ਹੁਣ ਹੋ ਗਈਆਂ ਬਥੇਰੀਆਂ ਸੱਚੇ ਪਾਤਸ਼ਾਹ

ਸੱਚੇ ਪਾਤਸ਼ਾਹ ਦੇਲ ਦੇ ਫਕੀਰਾਂ ਨਾਲ ਮੋੜ ਤੋਂ ਪਰੀ ਤਾਂ ਤੇਰੀਆਂ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਸਿਫਤ ਕਰਦੇ ਐ ਗੁਰੂ ਨਾਨਕ ਪਾਤਸ਼ਾਹ ਦੀ ਤਰੇਤੇ ਚ ਜਿਹੜੀ ਭੇਲਣੀ ਸੀ ਜਿੰਨੂੰ ਸਾਰੇ ਪਰਿਵਾਰਾਂ ਨੇ ਰਿਸ਼ਤੇ ਨਾਤਿਆਂ ਨੇ ਸੰਸਾਰ ਨੇ ॠਸ਼ੀਆ ਮੁੰਡੀਆਂ ਨੇ ਸਭ ਨੇ ਤਿਆਗ ਗਿਆ ਮਤੰਗ ॠषि ਨੇ ਉਪਦੇਸ਼ ਦਿੱਤਾ ਸੀ ਰਾਮ ਰਾਮ ਜੱਪੀ ਚੱਲੀ ਧੀਏ ਤੇਰੀ ਪੁਕਾਰ ਭਗਵਾਨ ਜ਼ਰੂਰ ਸੁਣਨਗੇ ਉਹ ਰਾਮ ਰਾਮ ਰਟਦੀ ਰਹੀ ਜੰਗਲ ਪੀਆ ਬਾਣ ਵਿੱਚ ਸ਼੍ਰੀ ਰਾਮਚੰਦਰ ਭਗਵਾਨ ਗਏ ਉਹਦੇ ਪ੍ਰੇਮ ਚ ਝੂਠੇ ਬੇਰ ਛੱਕੇ ਕਿਉਂਕਿ ਪ੍ਰੇਮ ਵਿੱਚ ਨੇਮ ਨਹੀਂ ਨਾਲੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਦਿਸਦਾ ਵਿਚਾਰੇ ਕੋਲੇ ਕੱਖਣੀ ਰੱਖੀ ਸਾਗ ਦੇ ਉੱਤੇ ਨਾ ਪੋਰਾ ਮੱਖਣੀ ਤੇ ਹੈ ਨਹੀਂ ਮੱਝੀਆਂ ਲਵੇਰੀਆਂ ਜਾ ਤਾਂ ਇਹ ਕਿਰਪਾ ਕਰੋ ਮੈਨੂੰ ਉਹ ਵੇਖਣ ਦੀ ਅੱਖ ਦਿਓ ਜਿਹਦੇ ਨਾਲ ਤੁਸੀਂ ਵੇਖਦੇ ਹੋ ਇੱਕ ਬਚਨ ਆਪਾਂ ਪੜਦੇ ਆਂ ਉਹ ਤਾਂ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਕਹਿੰਦੇ ਜਾਂ ਤੋ ਅੱਖ ਦੇ ਦਿਓ ਜਿੱਦੇ ਨਾਲ ਤੁਸੀਂ ਵੇਖਦੇ ਹੋ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨੇ ਇਹ ਜਨਮ ਜਨਮਾਂ ਤੋਂ ਸਾਡਾ ਸਿੱਖ ਸੇਵਕ ਹੈ ਜਿਵੇਂ ਤੇਰਾ ਪ੍ਰੇਮ ਹੈ ਸਾਡੇ ਨਾਲ ਉਸੀ ਤਰ੍ਹਾਂ ਇਹਦਾ ਪ੍ਰੇਮ ਹੈ ਸਤਿਗੁਰੂ ਕਹਿੰਦੇ ਭਾਈ ਮਰਦਾਨੇ ਤੇਰੇ ਮਨ ਚ ਇਹੀ ਖਿਆਲ ਚੱਲਦੇ ਆਂ ਪਿੱਛੇ ਤਾਂ 36 ਪਕਵਾਨ ਛੱਡਿਆ ਏ ਸੇਠ ਸ਼ਾਹੂ ਕਹਰਾਂ ਨੇ ਬੇਨਤਾ ਕੀਤੀਆਂ ਬੇਨਤੀਆਂ ਉਹ ਪਦਾਰਥ ਨਹੀਂ ਛੱਕੇ ਮਹਿਲਾਂ ਚ ਨਹੀਂ ਰੁਕੇ ਆਹਨ ਕੱਖਾਂ ਦੀ ਕੁਲੀ ਚ ਕੋਧਰੇ ਤੇ ਨਿਹਾਲ ਹੋਏ ਬੈਠੇ ਆਂ ਤੇਰੇ ਮਨ ਚ ਇਹੀ ਸੋਚ ਐ ਨਾ ਸ਼ੈਨਸ਼ਾ ਕਹਿੰਦੇ ਮਰਦਾਨੇ ਇਹ ਜਿਹੜਾ ਕੋਤਰੇ ਦਾ ਪ੍ਰਸ਼ਾਦਾ ਹੈ ਨਾ ਇਹ ਭਾਈ ਲਾਲੋ ਦਸਾਂ ਨੋਹਾਂ ਦੀ ਕਰਦਾ ਕਿਰਤ ਨਾਮ ਜਪਦਾ ਇਹ ਕੋਤਰੇ ਦਾ ਪ੍ਰਸ਼ਾਦਾ ਨਹੀਂ ਤਾਂ ਅੰਮ੍ਰਿਤ ਰਾਸੈ ਤੂੰ ਛੱਕੇ ਤਾਂ ਵੇਖ ਜਦ ਭਾਈ ਮਰਦਾਨੇ ਨੇ ਇੱਕ ਰਾਸ ਮੁਖ ਵਿੱਚ ਪਾਇਆ ਭਾਈ ਮਰਦਾਨੇ ਨੂੰ ਆਨੰਦ ਆਇਆ ਉਹਨੇ ਸਤਗੁਰਾਂ ਦੇ ਚਰਨਾਂ ਤੇ ਸੀਸ ਚਕਾਇਆ ਭਾਈ ਮਰਦਾਨੇ ਨਿਸ਼ਾਨ ਸਾ ਤੇਰੀਆਂ ਤੁਸੀਂ ਜਾਣੋ ਤੁਹਾਡੇ ਦਿਲ ਦੇ ਭੇਦ ਕੋਈ ਬੰਦਾ ਜਾਣ ਨਹੀਂ ਸਕਦਾ ਜਿੱਤੇ ਤੂੰ ਕਿਰਪਾ ਕਰੇ ਉਹ ਪਹਿਚਾਣੋ ਗੁਰਮੁਖੋ ਇਸੇ ਤਰ੍ਹਾਂ ਇਹ ਜਿਹੜੇ ਮਹਿਲ ਬੰਗਲੇ ਆਖਰ ਨੂੰ ਜ਼ਮੀਨ ਜਾਇਦਾਦਾਂ ਸੰਸਾਰ ਵਿੱਚ ਸਭ ਕੁਝ ਬੰਦਾ ਛੱਡ ਜਾਂਦਾ ਹੈ ਇੱਕ ਗੁਰੂ ਸਾਹਿਬ ਨੇ ਰਹਿਮਤ ਕੀਤੀ ਬਚਨ ਕਹਿ ਉਹ ਕਹਿੰਦੇ ਭਲੀ ਸਹਾਵੀ ਛਾਪਰੀ ਜਾ ਮਹਿ ਗੁਣ ਗਾਏ ਚਾਹੇ ਤਾਂ ਮਹਿਲ ਬੰਗਲਾ ਹੋਵੇ ਚਾਹ ਹੋਵੇ ਕੱਖਾਂ ਦੀ ਕੁੱਲੀ ਪਵਿੱਤਰ ਉਹ ਹੈ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਏ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਗਹਿਰੀ ਕਰਕੇ ਨੀਮ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਸੇ ਕੋ ਅਧਿਕਾਈ ਜਿੰਨ ਤਿੰਨ ਧਰਮੂਡ ਬਲਾਏ ॠषि ਮਾਰਕੰਡਾ ਜਿਨੇ 33 ਮਾਂ ਪਰਲੋ ਵੇਖੀਆਂ ਉਹਦੇ ਚੇਲੇ ਕਹਿੰਦੇ ਗੁਰੂ ਜੀ ਕੋਈ ਘਰ ਟਿਕਾਣਾ ਕੁਛ ਤਾਂ ਬਣਾਉਂਦੇ ਉਹ ਕਹਿੰਦੇ ਬੇਟਾ ਇੱਕ ਦਿਨ ਸਭ ਕੁਝ ਛੱਡ ਕੇ ਚਲੇ ਜਾਣਾ ਬਣਾ ਕੇ ਕਰਾਂਗੇ ਕੀ ਸਤਗੁਰੂ ਕਹਿੰਦੇ ਨੇ ਬੰਦੇ ਨੂੰ ਇੱਕ ਪਲ ਦਾ ਭਰੋਸਾ ਨਹੀਂ ਅੱਗੇ ਜੀਵਨ ਹੈ ਕਿ ਨਹੀਂ ਹੈ ਪਰ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਹਿਲ ਮੰਗਲੇ ਬਣਾਉਂਦਾ ਵੀ ਜਿਵੇਂ ਸਦਾ ਹੀ ਰਹਿਣਾ ਹੋਵੇ ਮਾਰਕੰਡੇ ઋષਿ ਉਹ ਵੀ ਚਲੇ ਗਏ ਜਿਨ੍ਹਾਂ ਨੇ 33ਵਾਂ ਪਰਲੋ ਵੇਖਿਆ ਆਖਰ ਨੂੰ ਜਾਣਾ ਉੱਥੇ ਕੰਮ ਕੀ ਆਉਂਦਾ ਹੈ ਜਿਨੇ ਭਗਵਾਨ ਦੇ ਨਾਲ ਪ੍ਰੇਮ ਕੀਤਾ ਜਿਨੇ ਨਾਮ ਜਪਿਆ ਜਿਨੇ ਸੇਵਾ ਕੀਤੀ ਗੁਰਮੁਖੋ ਤਨ ਗੁਰ ਨਾਨਕ ਪਾਤਸ਼ਾਹ ਜੀ ਰਹਿਮਤ ਬਰਸਾ ਰਹੇ ਨੇ ਭਾਈ ਮਰਦਾਨੇ ਨੂੰ ਕਹਿੰਦੇ ਭੋਜਨ ਛਕ ਲਿਆ ਨਾ ਕਹਿੰਦੇ ਹੁਣ ਤਨ ਦਾ ਭੋਜਨ ਤਾਂ ਹੋ ਗਿਆ ਭਾਈ ਮਰਦਾਨਾ ਕਹਿੰਦਾ ਹਾਂ ਜੀ ਸ਼ੈਨਸ਼ਾਹ ਕਹਿੰਦੇ ਹੁਣ ਮਨ ਦਾ ਭੋਜਨ ਕਰੀਏ ਮਨ ਦਾ ਭੋਜਨ ਕੀ ਹੈ ਨਾਮ ਵਾਹਿਗੁਰੂ ਦਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸ਼ੈਨਸ਼ਾਹ ਕਹਿੰਦੇ ਬਾਣੀ ਆਈ ਏਰ ਭਾਵ ਦੀ ਤਾਰ ਛੇੜ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਸੀ ਜਦ ਭਾਈ ਮਰਦਾਨੇ ਦੀ ਰਬਾਬ ਵੱਜਦੀ ਨਾ ਆ ਜਿਹੜੇ ਪੰਛੀ ਵੀ ਐ ਮਸਤ ਹੋ ਜਾਂਦੇ ਪਾਣ ਰੁਕ ਜਾਂਦੇ ਜੋ ਵੀ ਬੈਠਾ ਆਨੰਦ ਹੋ ਜਾਂਦਾ ਚਰੰਜਾ ਸਾਲ ਭਾਈ ਮਰਦਾਨੇ ਨੇ ਸੇਵਾ ਨਾ ਭਾਈ 54 ਸਾਲ ਅੱਗੇ ਉਹਨਾਂ ਦੇ ਸੁਪੁੱਤਰਾਂ ਨੇ ਮੇਰੀ ਬੇਂਤੀ ਤਨ ਗੁਰ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਮਰਦਾਨੇ ਨੇ ਰਬਾਬ ਦੀ ਤਾਰ ਛੇੜੀ ਤਨ ਗੁਰ ਨਾਨਕ ਪਾਤਸ਼ਾਹ ਜੇ ਸ਼ਬਦ ਗਾਇਨ ਕਰਦੇ ਨੇ ਤੇ ਪਵਨ ਦੇ ਵਿੱਚੋਂ ਪੌਣ ਦੇ ਵਿੱਚੋਂ ਸੁਗੰਧੀਆਂ ਆਉਣ ਪਵਨ ਮੰਡਲ ਵਿੱਚ ਰਲੀਆਂ ਮਈਆਂ ਸਦਾ ਬਹਾਰ ਦੀਆਂ ਘਰ ਲਹਲੋ ਤੇ ਛਿਣੀਆਂ ਧੁਨੀਆਂ ਮਦਰ ਸਤਾਰਦੀਆਂ ਓ ਸੱਚਖੰਡ ਵਾਲੇ ਮਾਤ ਲੋਕ ਤੇ ਜਾਂਦੇ ਗੈਣ ਕਰੀ ਪੰਛੀ ਕਰੇ बेहੋਸ਼ ਮਸਤ ਬੈਠੇ ਬੰਦ ਨੈਣ ਕਰੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਸ਼ਬਦ ਕਹਿਣ ਕਰਦੇ ਆ ਜਿਹੜਾ ਰਾਹੀ ਲੰਘਦਾ ਉਹ ਆ ਕੇ ਬੈਠੀ ਜਾ ਰਿਆ ਹੈ ਦਰਸ਼ਨ ਕਰਦਾ ਉੱਠਣ ਨੂੰ ਮਨ ਨਹੀਂ ਕਰਦਾ ਕਹਿੰਦੇ ਨੇ ਜਦ ਇਕੱਠ ਹੋ ਗਿਆ ਭਾਈ ਲਾਲੋ ਦੇ ਘਰ ਬਹੁਤ ਜਿਆਦੇ ਸੰਗਤਾਂ ਦਾ ਐਮਨਾ ਬਾਤ ਦਾ ਜਿਹੜਾ ਸ਼ਾਹੂਕਾਰ ਸੀ ਉਹ ਸੀ ਮਲਕ ਭਾਗੂ ਮਾਇਆ ਵੀ ਹੋਵੇ ਧਨ ਵੀ ਹੋਵੇ ਤੇ ਬੰਦੇ ਦੇ ਹਿਰਦੇ ਚ ਨਿਮਰਤਾ ਵੀ ਹੋਵੇ ਇਹ ਕਿਤੇ ਕਿਤੇ ਦੇਖ ਨੂੰ ਮਿਲੂ ਕਿਤੇ ਕਿਤੇ ਨਹੀਂ ਤਾਂ ਮਾਇਆ ਧਨ ਦੌਲਤ ਇੱਕ ਐਸੀ ਵਸਤੂ ਹੈ ਬੰਦੇ ਚ ਹੋ ਮੇ ਹੰਕਾਰ ਆ ਜਾਂਦਾ ਉਹਨਾਂ ਸਾਰੇ ਬਿਖ ਲੋਕ ਹੋ ਗਏ ਇਕੱਠੇ ਜਦ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਕੀਰਤਨ ਦੀ ਸੰਪੂਰਨਤਾ ਕੀਤੀ ਲੋਕ ਉੱਠੇ ਕੁਝ ਲੋਕ ਇਕੱਠੇ ਹੋ ਕੇ ਚਲੇ ਗਏ ਮਲਕ ਭਾਗੋ ਦੇ ਮਹਿਲਾਂ ਚ ਉਹਨੂੰ ਜਾ ਕੇ ਜੋ ਆਵਾਜ਼ ਦਿੰਦੇ ਉਹ ਕਵਤਾ ਵੀ ਆਪਾਂ ਬੋਲਾਂਗੇ ਲੋਕ ਭਾਈ ਲਾਲੋ ਜੀ ਦੇ ਘਰ ਤੋਂ ਸਿੱਧੇ ਮਲਕ ਭਾਗੋ ਦੇ ਮਹਿਲਾਂ ਨੂੰ ਹੋ ਤੁਰੇ ਜਾ ਕੇ ਆਵਾਜ਼ ਦਿੰਦੇ ਨੇ ਉਹ ਕਹਿੰਦੇ ਉਹਨਾਂ ਦੇ ਘਰ ਇੱਕ ਮਨ ਮੋਹਣੀ ਸੂਰਤ ਆਈ ਐ ਨਾਲ ਉਹਦੇ ਨੇ ਦੋ ਸੰਤ ਜਦੋਂ ਉਹ ਇੱਕ ਵਜਾਉਂਦਾ ਰਬਾਬ ਇੱਕ ਕਰਦਾ ਚੌਰ ਦੀ ਸੇਵਾ ਤੇ ਆਪ ਉਹ ਕਰਦੇ ਨੇ ਕੀਰਤਨ ਜਾਂ ਤੋਂ ਸ਼ਬਦ ਗਾਉਂਦੇ ਨੇ ਕਿਸੇ ਦਾ ਉੱਠਣ ਨੂੰ ਦਿਲ ਨਹੀਂ ਕਰਦਾ ਉਹ ਕਹਿੰਦੇ ਨਾਲ ਉਹਦੇ ਦੋ ਮਨ ਮੋਹਦੇ ਸੰਤ ਐ ਇੱਕ ਲక్ష్ਮਣ ਦੂਜਾ ਹਨੂਮੰਤ ਐ ਆਇਆ ਬੈਠਾ ਜਾਣੀ ਰਗ ਵੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਜਿਵੇਂ ਜਾ ਕੇ ਲੋਕ ਮਲਕ ਭਾਗੋ ਨੂੰ ਆਵਾਜ਼ ਦਿੰਦੇ ਨੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਉਸ ਸਮੇਂ ਦਾ scene ਸੁਆਮੀ ਦਰਬਾਰਾ ਸਿੰਘ ਮਹਾਰਾਜ ਲੋਕੋ ਵਾਲਿਆਂ ਦੀ ਕਲਮ ਨੇ ਜਿਵੇਂ ਲਿਖਿਆ ਉਹ ਸਮੇਂ ਦਾ ਸੀਨ ਲੋਪਾ ਵਾਲੇ ਕਬੀਰ ਜੱਥੇ ਤੋਂ ਇਹ ਸੁਣੀਏ ਵੇਖੇ ਤੋਂ ਹੀ ਚੰਬਾ ਹੋ ਗਿਆ ਖਲਕ ਨੂੰ ਲੋਕੀ ਜਾ ਕੇ ਲੱਗੇ ਦੱਸਣ ਮਲਕ ਨੂੰ ਇੰਦੇ ਕਰਾ ਵੇਖੀ ਬਾਤ ਬੇਨਾ ਜੀਰ ਲਲੂ ਦੇ ਆਇਆ ਇੱਕ ਮਸਤਾ ਫਕੀਰ ਲਲੂ ਦੇ ਉਹ ਚੋਂਪੜੀ ਬਣਾਈ ਪਾਈ ਬੇਗਮ ਪੋਰੀ

ਮਾਸਤਾ ਫਕੀਰ ਲਾਲੋ ਦੇ ਓਏ ਓ ਪਾ ਮਾ ਜਿੰਨਾ ਦੀ ਲਾਲੋ ਗਾਉਂਦਾ ਰਹਿੰਦਾ ਸੀ ਉਹ ਲਾਲੋ ਗਾਉਂਦਾ ਰਹਿੰਦਾ ਸੀ ਨਾਨਕੇ ਨਾਨਕੇ ਰਾਟੇ ਲਾਉਂਦਾ ਰਹਿੰਦਾ ਸੀ ਹੋ ਬੈਠੀ ਮਾਨਾ ਮੋੜੀ ਹੋ ਬੈਠੀ ਮਾਨਾ ਮੋੜੀ ਦਾ ਸਾਬੀਰ ਲਾਲੋ ਦੇ ਆਇਆ ਇੱਕ ਮਾਸਤਾ ਫਕੀਰ ਲਾਲੋ ਦੇ ਓ ਲਾਲੋ ਵੀ ਵਿਚਾਰਾ ਕੋਈ ਸ਼ੱਕ ਸੀਤ ਹੈ ਨਾ ਨਕ ਦੇ ਨਾਲ ਜਸਦੀ ਪਰੀਤ ਹੈ ਉਹ ਦਿਲ ਚਾਤਾ ਰਾਤੀ ਜਿੰਨਾ ਧੀਰ ਲਾਲੋ ਦੇ ਆਇਆ ਇੱਕ ਮਸਾਤਾ ਫਕੀਰ ਲਾਲੋ ਦੇ ਉਹ ਮਨਮੋਣੀ ਸੂਰਤ ਜਮਾਲ ਹੈ ਰੱਬੀ ਉਹ ਜਮਾਲ ਹੈ ਰੱਬੀ ਉਹ ਕੁੱਲੀ ਸਾਰੇ ਸ਼ਹਿਰ ਚੋਂ ਗਰੀਬ ਦੀ ਲੱਭੀ ਕੰਡੇ ਬੈਠਾ ਹੈ ਪੀਰਾਂ ਦਾ ਕੋਈ ਪੀਰ ਲਾਲੋ ਦੇ ਕੋਈ ਪੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਉਦੋਂ ਮੇ ਉਨ੍ਹਾਂ ਨਾਲ ਮਨਮੂਦੇ ਸੰਤਈਏ ਮਨਮੂਦੇ ਸੰਤਈਏ ਓਏ ਇਕੱਲਾ ਸ਼ਮਣ ਦੂਜਾ ਹਨੂ ਬੰਤਈਏ ਓ ਬੈਠਾ ਜਾਣੀ ਆਇਆ ਰਗਬੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਓ ਬੜੇ ਦਰਬਾਰ ਬਾਹਰ ਨੂੰ ਉਹ ਸੋਹਣੇ ਲੱਗਦੇ ਆਪਾਂ ਵਿੱਚ ਉਹਨਾਂ ਨੂੰ ਲਾਈਏ ਯਾ ਗਾਇਦੇ ਕਹਿੰਦੇ ਭੇਜਤਾ ਪੈਗਾਮ ਹੋ ਭੇਜਤਾ ਪੈਗਾਮ ਸਿਆ ਖੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਉਹ ਕਹਿੰਦੇ ਝੌਂਪੜੀ ਬਣਾਈ ਪਈ ਬੇਗਮਪੁਰੀ ਦੂਰ ਦੂਰ ਆਉਂਦੀ ਨਿਤ ਸੰਗਤ ਤੁਰੀ ਸੰਗਤਾਂ ਦੀ ਪਈ ਹੈ ਵਹੀਰ ਲਾਲੋ ਦੇ ਆਇਆ ਇੱਕ ਮਸਤ ਫਕੀਰ ਲਾਲੋ ਦੇ ਉਹ ਕਹਿੰਦੇ ਐਸਾ ਫਕੀਰ ਆਇਆ ਦਰਸ਼ਨ ਕਰੋ ਉੱਠਣ ਨੂੰ ਚੇਤੀ ਨਹੀਂ ਕਰਦਾ ਐਸਾ ਫਕੀਰ ਆਇਆ ਜਦ ਉਹ ਬੋਲਦੇ ਐ ਇਉਂ ਦਿਲ ਕਰਦਾ ਸੁਣੀ ਚੱਲੋ ਸੁਣੀ ਚੱਲੋ ਉਹਨਾਂ ਨੇ ਭਾਈ ਲਾਲੋ ਦੀ ਜਿਹੜੀ ਝੌਂਪੜੀ ਓਤ ਬਣਾਤੀ ਬੇਗਮਪੁਰੀ ਸੰਗਤਾਂ ਦੀ ਤਾਂ ਵਹਿਰ ਪਈ ਐ ਕੱਠ ਬਹੁਤ ਐ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤਾਂ ਵਰਸਾ ਰਹੇ ਨੇ ਭਾਈ ਲਾਲੋ ਦੇ ਘਰ ਤਾਂ ਜੋ ਹਾਲ ਸੀ ਲੋਕਾਂ ਨੇ ਜਾ ਕੇ ਮਲਕ ਭਾਗੋ ਨੂੰ ਦੱਸਿਆ ਮਲਕ ਭਾਗੋ ਹਰਾਨ ਹੋਇਆ ਉਹ ਕਹਿੰਦਾ ਕਮਾਲ ਹੋ ਗਈ ਸ਼ਾਹੂ ਕਰ ਮੈਂ ਸ਼ਹਿਨशाह ਰੁਕੇ ਭਾਈ ਲਾਲੋ ਦੀ ਕੁਟਿਆ ਚ ਉਹਨੇ ਫਿਰ ਵਿਚਾਰ ਕੀਤੀ ਵੀ ਮੈਂ ਵਰਮ ਭੋਜ ਕਰਾਂ ਤੇ ॠषि मुनि ਰੱਬ ਦੇ ਪਿਆਰੇ ਆਉਣਗੇ ਉਹਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾਮਾ ਉਹਨੇ ਦੋ ਤਿੰਨ ਮਾਰ ਸੁਨੇਹੇ ਭੇਜੇ ਪਰ ਸ਼ਹਿਨशाह ਨੇ ਮਨਾਂ ਕਰਤਾ ਸੀ ਫਿਰ ਅਖੀਰ ਮਲਕ ਭਾਗੋ ਨੇ ਜਾ ਕੇ ਆਵਾਜ਼ ਦਿੱਤਾ ਕਹਿੰਦਾ ਤੁਸੀਂ ਕਿਹਾ ਵੀ ਜਿਹੜਾ ਮੇਰਾ ਭੋਜਨ ਹੈ ਤੁਹਾਡੇ ਅਨੁਕੂਲ ਨਹੀਂ ਸ਼ੈਨਸ਼ਾ ਕਹਿੰਦੇ ਹੁਣ ਵੀ ਕਹਿੰਦੇ ਤੇਰਾ ਭੋਜਨ ਅਨੁਕੂਲ ਨਹੀਂ ਉਹ ਕਹਿੰਦਾ ਜੀ ਮੇਰੇ ਵਰਮ ਭੋਜ ਬੇ ਚਲੋ 36 ਪਦਾਰਥ ਨਿਸ਼ੁੱਧ ਬੈਸ਼ ਨੂੰ ਜਾਂ ਤਾਂ ਚੱਲ ਕੇ ਉਹਨਾਂ ਚ ਨੁਕਸ ਕੱਢੋ ਤਾਨਕੁਰ ਨਾਨਕ ਪਾਤਸ਼ਾਹ ਜੀ ਨੇ ਫਿਰ ਤਿਆਰ ਕੀਤਾ ਜਦ ਮਲਕ ਭਾਗੋ ਦੇ ਮਹਿਲਾਂ 'ਚ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਛੱਤੀ ਪਕਵਾਨ ਇੱਕ ਥਾਲੇ 'ਚ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਮਲਕ ਭਾਗੋ ਸਤ ਗੁਰਾਂ ਨੂੰ ਕਹਿੰਦਾ ਜੀ ਭੋਜਨ ਛਕਣ ਤੋਂ ਪਹਿਲਾਂ ਮੇਰੇ ਭੋਜਨ 'ਚ ਨੁਕਸ ਦੱਸੋ ਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਸੱਚ ਧਰਮ ਦੀ ਕਿਰਤ ਦਾ ਨਿਰਣਾ ਕਰਦੇ ਆ ਕੀ ਆਵਾਜ਼ ਦੇ ਰਹੇ ਨੇ ਮਲਕ ਭਾਗੋ ਕੀ ਬੇਨਤੀ ਕਰਦਾ ਹੈ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਦੇ ਮਨ ਦੀ ਸਾਰੀਆਂ ਸ਼ੰਕਿਆਵਾਂ ਜਿਵੇਂ ਨਿਮਿਤ ਕਰਦੇ ਐ ਮਾਲਕ ਭਾਗੋ ਦੀਆਂ ਬੇਨਤੀਆਂ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਝੋਕ ਚੰਦ ਰਾਹੀ ਆਪ ਗੁਰ ਸੰਗਤਾਂ ਇਹ ਸੁਣੀਏ ਬੈਠਾ ਜਗ ਮੰਡਪ ਦੇਵਚ ਮਾਲਕ ਸਨਸਾਰ ਦਾ ਛੱਡਿਆ ਨਾ ਮਾਨ ਜਨਾਨੀ ਕਿਸੇ ਬਲ ਕਾਰ ਦਾ ਬੋਲਦਾ ਮਾਲਕ ਭਾਗੋ ਪਰਿਆ ਹੰਕਾਰ ਦਾ ਮੈਨੂੰ ਇਹ ਬਾਤ ਪੁੱਛਣ ਨੂੰ ਕੀਤਾ ਮਜਬੂਰ ਤੁਸੀਂ ਮੇਰੇ ਕੀ ਬਰਮ ਭੋਜ ਮੈਂ ਤੱਕਿਆ ਕਾ ਸੂਰ ਤੁਸੀਂ ਆਖਿਆ ਕਿਉਂ ਹੱਕ ਪਰਾਇਆ ਮਾਲਕ ਜੀ ਨਾਲ ਸ਼ਾਂਤੀ ਕਹਿਣਾ ਜੋ ਕਹਿਣਾ ਤੋ ਅਸੀਂ ਆਤੀ ਤ ਜਗੀ ਸਰ ਸਾਥੋ ਕੀ ਲੈਣਾ ਤੂੰ ਐਸੀ ਕਰਮਾਨਤ ਕਬਰੀ ਸਾਡੇ ਪਰ ਐਨਾ ਤੂੰ ਫਕਰਾਂ ਦੇ ਉੱਪਰ ਕਿਸੇ ਦਾ ਲਾਗੂ ਅਸੂਲ ਨਹੀਂ ਤੇਰਾ ਇਹ ਵਰਮ ਪੋਜਤਾ ਸਾਡੇ ਅਨਕੂਲ ਨਹੀਂ ਦੁਖੀਆਂ ਦਾ ਖੂਨ ਨਾ ਛੋੜਿਆ ਰੱਖਿਆ ਹੈ ਸੰਤ ਸਮਾਗਮ पारियो पकारी मैं सद्य सबसंत बेखदे बेख दे बेपर ब्रह्मचारी मैं थोड़े बल दूत अपना भेजा तेन मैं मेरा जो नहीं ने आंदा कीता मन जोर तुसी तो मेरे की बर्म भोज में तकिया का सोर तुसी तो ਆਖਿਆ ਕਿਉਂ ਹੱਕ ਬਰਾਇਆ ਓ ਨਾਮ ਮੈਂ ਸੁਣ ਕੇ ਆਇਆ ਤੇਰਾ ਕਾ ਮੰਡੀ ਦਾ ਥੋਡੀ ਹੀ ਖਾਤਰ ਛੱਡਿਆ ਵਾ ਤਨ ਤਲ ਵੰਡੀ ਦਾ ਖੁਲਜੂ ਹੁਣ ਪਾਜ ਮਲਕ ਜੀ ਤੇਰਾ ਪਾ ਖੰਡੀ ਦਾ ਕੀਤੇ ਦਿਖਲਾਵਿਆਂ ਤੋ ਤਾਂ ਭਜਦਾ ਰਸੂਲ ਨਹੀਂ ਤੇਰਾ এবਰ ਮਾ ਪੋਜਤਾਂ

ਹੋਕੇ ਕਲਵੰਤ ਕਸ਼ਤਰੀ ਸ਼ੁੱਧਰ ਕਰ ਖੰਦੇ ਨੇ ਹੋਕੇ ਆਤੀ ਤਯਤਨਾ ਕਰਿਆ ਮਗਰ ਔਰ ਤੁਸੀਂ ਮੇਰੇ ਕੀ ਬਰਮ ਭੋਜ ਮੇ ਤਕਿਆ ਕਾ ਸੂਰ ਤੁਸੀਂ ਆਖਿਆ ਕਿਉਂ ਹੱਕ ਬਰਾਇਆ ਹੋ ਫਕਰਾਂ ਦੀ ਮੋਜ ਆਪਣੀ ਮਨ ਦੇ ਨਾ ਰੋਬ ਕੋਈ ਜੇ ਹੋਜੀ ਮਿਲ ਗਈ ਸ਼ਕਲੀ ਉਂਗਾ ਨਾ ਲੋਭ ਕੋਈ ਚੜ ਗਿਆ ਜੋ ਮਹਦੀ ਨਹੀਂ ਆ ਦਿੱਤਾ ਸਭ ਡੋਬ ਕੋਈ ਹਮੈਂ ਵਿੱਚ ਕਰੀ ਆਬਾਦਤ ਹਮੈਂ ਵਿੱਚ ਕਰੀ ਆਬਾਦਤ ਹੁੰਦੀ ਕਾਬੂਲ ਨਹੀਂ ਤੇਰਾ ਇਹ ਵਰ ਮ ਭੇਜ ਤਾ ਸਾਡੇ ਅਨਕੂਲ ਨਹੀਂ ਦੁਖੀਆਂ ਦਾ ਖੂਨ ਨਾ ਛੋੜਿਆ ਓ ਆ ਕੇ ਕਰ ਲਾਲਿਆ ਡੇਰਾ ਹੋਏ ਲਾਲੋ ਨਿਰਮਾਨ ਦੇ ਮੇਹਰੀਆਂ ਮਹਿਲ ਮਾਰੀਆਂ ਕਾਤੋਂ ਨਹੀਂ ਸਿਆਣ ਦੇ ਕਿੱਡਾ ਮੈਂ ਪਾਰਿ ਉਪਕਾਰੀ ਮੈਨੂੰ ਸਭ ਜਾਣਦੇ ਸੁਣਿਆ ਨੀਨਾ ਮਹਮਾਰਾ ਭਾਗੋ ਮਸ਼ਾਹੋਰ ਤੁਸੀਂ ਮੇਰੇ ਕੀ ਬਰਮ ਭੋਜ ਮੇਂ ਤੱਕਿਆ ਕਾ ਸੂਰਤ ਸੀ ਆਖੋ ਕਿਉਂ ਹਾਂ ਕਬ ਬਗਾਨਾ ਓ ਜਿਸ ਨੂੰ ਤੂੰ ਸ਼ੁੱਧਰ ਕਹਿੰਨਾ ਮੈਨੂੰ ਉਹ ਪਾਉਂਦਾ ਹੈ ਜਿਸ ਨੂੰ ਤੂੰ ਸ਼ੁੱਧਰ ਕਹਿੰਨਾ ਮੈਨੂੰ ਉਹ ਪਾਉਂਦਾ ਹੈ ਮਿਲਦੀ ਜੇ ਧਰਮ ਕਰਤ ਤਦੀ ਸ਼ਕਾਦਾ ਸ਼ਕਉਂਦਾ ਹੈ ਮਾਲਕ ਦਾ ਦੋਨੋਂ ਵੇਲੇ ਸ਼ੁਕਰ ਮਨਾਉਂਦਾ ਹੈ ਕੀਤੀ ਵੀ ਕਾਦਰ ਦੀ ਨੂੰ ਕਰਦਾ ਆ ਦੂਲ ਨਹੀਂ ਤੇਰਾ ਇਹ ਬਰਮ ਭੋਜਤ ਸਾਡੇ ਨਕੂਲ ਨਹੀਂ ਬੁਖੀਆਂ ਦਾ ਖੂਨ ਨਾ ਛੋੜਿਆ ਮੇਰੇ ਜੋ ਬਰਮ ਭੋਜਵੇਂ मेरे जो बर्म भोज में कीती है करना तो जाता दिख ला लाई हूं चरना तू आख्या जो हक हाँ पर नरना तू आखी जो बात बता के जायो जरूर तुसी मेरे की बर्म भोज में तकिया का सोर तुसी आख्या क्यों हक हाँ पर ਇਹਦੇ ਹੱਥ ਕਲਮ ਅਦਲ ਦੀ ਓਏ ਫਦਾ ਨਿਆ ਵੇਖ ਸਹੀ ਸੱਚੋ ਸੱਚ ਨਿਬੜੂ ਉਥੇ ਬੈੰਦਾ ਜਦ ਕੱਡ ਬਹੀ ਜਾਂਦੀ ਦਰਬਾਰ ਸਿੰਘਾ ਸੱਚੀ ਨਾ ਜੀਰ ਕਹੀ ਅਸੀਂ ਕੋਈ ਬਾਤ ਕਿਸੇ ਨੂੰ ਕਹਿੰਦੇ ਫਾਜੂਲ ਨਹੀਂ ਤੇਰਾ ਇਹ ਵਰਮ ਪੋਜਤਾ ਸਾਡੇ ਅਨਕੂਲ ਨਹੀਂ ਦੁਖੀਆਂ ਦਾ ਖੂਨ ਨਾ ਛੋੜਿਆ ਹਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਲਕ ਭਾਗੋ ਦੇ ਮਨ ਦੀ ਸ਼ੰਕਿਆ ਦੂਰ ਕਰਨ ਲਈ ਹੁਕਮ ਕੀਤਾ ਭਾਈ ਲਾਲੋ ਨੂੰ ਕਹਿੰਦੇ ਕੋਧਰੇ ਦਾ ਪ੍ਰਸ਼ਾਦਾ ਲਿਆ ਭਾਈ ਲਾਲੋ ਨੇ ਕੋਧਰੇ ਦਾ ਪ੍ਰਸ਼ਾਦਾ ਲਿਆ ਸਤਿਗੁਰਾਂ ਦੇ ਸਨਮੁਖ ਰੱਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜਦੇ ਆ ਹੱਕ ਪਰਾਇਆ ਨਾਨਕਾ ਉਸ ਸਵਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾਂ ਮਰਦਾਰ ਨਾ ਖਾਏ ਤਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਹੱਥ ਵਿੱਚ ਮਲਕ ਭਾਗੋ ਦੇ ਜਿਹੜੇ 36 ਪਦਾਰਥ ਸੀ ਉਹ ਪਕੜੇ ਇੱਕ ਹੱਥ ਦੇ ਵਿੱਚ ਭਾਈ ਲਾਲੋ ਦਾ ਕੋਦਰੇ ਦਾ ਦਸਾਂ ਨੋਹਾ ਦੀ ਕਿਰਤ ਦਾ ਪ੍ਰਸ਼ਾਦਾ ਜਦ ਉਹਨਾਂ ਇੱਕ ਕੁੱਟਿਆ ਤੇ ਧੰ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਲਿਖਦੇ ਆਂ ਸਵਾਮੀ ਦਰਬਾਰਾ ਸਿੰਘ ਮਹਾਰਾਜ ਲਿਖਦੇ ਨੇ ਕਹਿੰਦੇ ਗੁਰੂ ਨਾਨਕ ਐਮਣਾ ਬਾਤ ਜਾ ਕੇ ਕਰ ਕਾਦਰਾ ਚੋਜ ਕਮਾਲ ਦਿੱਤਾ ਪਾਪ ਕਿਰਤ ਚੋਂ ਖੂਨ ਨਿਚੋੜਿਆ ਤੂੰ ਧਰਮ ਕਿਰਤ ਚੋਂ ਦੁੱਧ ਨਿਕਾਲ ਦਿੱਤਾ ਮਲਕ ਭਾਗੋ ਦੇ ਭਾਗ ਵੀ ਜਾਗਨੇ ਸੀ ਕਰ ਲਾਲੋ ਨੂੰ ਨਦਰ ਨਿਹਾਲ ਦਿੱਤਾ ਧਰਮ ਕਿਰਤਿਆਂ ਨੂੰ ਦਰਬਾਰ ਸਿੰਘਾ ਲੱਭ ਲੱਭ ਕੇ ਤੁਸੀਂ ਜਮਾਲ ਦਿੱਤਾ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤ ਗੁਰਾਂ ਦਾ ਜਸ ਬਹੁਤ ਉੱਚਾ ਤੇ ਸੁੱਚਾ ਹੈ ਮਤ ਬਹੁਤ ਛੋਟੀ ਹੈ ਬਹੁਤ ਸ਼ਬਦ ਅਧੂਰੇ ਬੋਲੇ ਜਾਂਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਆਪ ਗੁਰ ਸੰਗਤਾਂ ਅਸੀਸ ਬਖਸ਼ਿਸ਼ ਕਰਨਾ ਸੋ ਆਓ ਜਥੇ ਪਾਸੋ ਹਾਜ਼ਰੀ ਭਰਦੇ ਹੋਈਆਂ ਅਨੇਕਾਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰੋ ਬਖਸ਼ੋ ਅਸੀਸ ਤੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ